ਉਮਨ ਅਜ਼ੀਮ ਸ਼ਹਿਨਸ਼ਾਹਾਂ ਦਾ ਨਾਮ ਬੁਲੰਦ, ਜਿਨ੍ਹਾਂ ਜ਼ਿਹਨਾਂ 'ਚ ਹੁਸੈਨ ਵਸਦੇ, ਯਕ ਜ਼ਬਾਨ ਸਲਵਾਤ ਪੜ੍ਹੋ ਬਾਦਸ਼ਾਹ ਦੀ ਜ਼ਾਤ। ਤਕਲੀਫ ਨਾ ਸਮਝੋ ਅਤੇ ਜਿਹੜੇ ਪਿੱਛੇ ਬੰਦੇ ਬੈਠੇ ਹੋ ਅੱਗੇ ਆ ਵਜੋ, ਥੋੜ੍ਹਾ ਜਿਹਾ ਮਾਹੌਲ ਬਣ ਵਜੇ। ਨਜ਼ਰੇ ਮੌਲਾ ਨੇ ਆਲੇ ਹੁਸੈਨ, ਦੋ ਦੋ ਕਦਮ ਅੱਗੇ ਹੋ ਜਾਓ, ਮਾਹੌਲ ਬਣ ਵਜੇ। ਸਲਵਾਤ ਉੱਚੀ ਆਵਾਜ਼ ਨਾਲ ਪੜ੍ਹੋ ਬਾਦਸ਼ਾਹ ਦੀ ਜ਼ਾਤ। ਇਲਤਮਾਸ ਖਿਦਮਤ, ਇਹ ਵਾਲੀ ਮਕਾਮ ਜਿਹੜਾ ਇੱਥੇ ਝੁੱਕ ਕੇ ਆਵੇ ਸਲੇਮਾਨ ਬਣਦਾ ਹੈ, ਜਿਹੜਾ ਆਕੜ ਕੇ ਆਵੇ ਸ਼ੈਤਾਨ ਬਣਦਾ ਹੈ। ਮਦੀਨੇ ਵਾਲਿਆ ਸਈਦਾਂ ਦਾ ਦਰਵਾਜ਼ਾ ਇਤਨਾ ਅਜ਼ੀਮ ਹੈ, ਕੋ ਕੰਕਰ ਆਵੇ ਤਾਂ ਇਹ ਦੁਰ ਬਣਾਉਂਦੇ ਨੇ, ਆਸੀ ਆਵੇ ਤਾਂ ਹੋਰ ਬਣਾਉਂਦੇ ਨੇ। ਮੰਗਣ ਪੀਣ ਦਾ ਵੱਲ ਦਾ ਢੰਗ ਤਰੀਕਾ ਆਉਂਦਾ ਹੋਵੇ, ਦੇਵਣ ਦਾ ਵੱਲ ਮਦੀਨੇ ਵਾਲਿਆਂ ਨੂੰ ਡਾਢਾ ਆਉਂਦਾ ਹੈ। ਜ਼ਿਕਰ ਨਾ ਕਿਸੇ ਜ਼ਾਕਰ ਦਾ ਮੁਹਤਾਜ ਹੈ, ਨਾ ਚੋਖੇ ਮਜਮੇ ਦਾ ਮੁਹਤਾਜ ਹੈ, ਜ਼ਿਕਰ ਹੁਸੈਨ ਦੇ ਕਰਮ ਦਾ ਮੁਹਤਾਜ ਹੈ। ਠੀਕ ਹੈ, ਤੁਸੀਂ ਟੈਨਸ਼ਨ ਨਹੀਂ ਲਵਣੀ। ਜ਼ਾਕਰ ਹੁੰਦਾ ਹੀ ਉਹ ਹੈ ਜਿਹੜਾ ਸੌਖੇ ਵੇਲੇ ਵੀ ਜ਼ਾਕਰ ਹੋਵੇ ਅਤੇ ਔਖੇ ਵੇਲੇ ਵੀ ਜ਼ਾਕਰ ਹੋਵੇ। ਅਤੇ ਮੁਸ਼ਕਲ ਕੁਸ਼ਾਹ ਦਾ ਦਰਵਾਜ਼ਾ ਹੈ, ਅਸੀਂ ਤਾਂ ਬਾਦਸ਼ਾਹ ਦੇ ਗਦਾਗਰ ਹਾਂ। ਅਤੇ ਤੁਸੀਂ ਜਿਤਨੇ ਬੈਠੇ ਹੋ, ਜੇ ਤੁਸੀਂ ਸਾਰੇ ਬੋਲ ਪਵੋ ਤਾਂ ਤੁਸੀਂ 1.25 ਲੱਖ ਹੋ। 5 ਲੱਖ ਦੀ ਪਬਲਿਕ ਹੋਵੇ, ਜ਼ਾਕਰ ਨਾਲ ਬੋਲੇ ਕੋਈ ਨਾ, ਤੁਸੀਂ 5 ਲੱਖ ਨੂੰ ਜ਼ਾਕਰ ਕਰਨਾ ਕੀ ਹੈ? ਅਲੀ ਕੇ ਨਾਮ ਸੇ ਸਭ ਕਾਮ ਬਦਲ ਜਾਏਗੇ। ਥੋੜ੍ਹਾ ਜਿਹਾ ਨਾ ਤੁਸੀਂ ਦਾਤ ਦਾ ਨਿਜ਼ਾਮ ਬੁਲੰਦ ਕੀਤਾ ਅਤੇ ਮੈਂ ਕਸੀਦਾ ਉੱਤੇ ਵੰਜ ਰੱਖਣਾ। ਜੇ ਤੁਹਾਡੀ ਦਾਤ ਇੱਥੇ ਰਹੀ ਤਾਂ ਕਸੀਦਾ ਮੈਂ ਇੱਥੇ ਪੜ੍ਹਸਾਂ। ਅਲੀ ਕੇ ਨਾਮ ਸੇ ਸਭ ਕਾਮ ਬਦਲ ਜਾਏਗੇ, ਸਰ ਪੇ ਤੂਫਾਨ ਮੁਸੀਬਤ ਕੇ ਹੋਗੇ ਤੋ ਵੋ ਵੀ ਟਲ ਜਾਏਗੇ। ਅਲੀ ਕੇ ਨਾਮ ਸੇ ਜਿਸ ਕੋ ਵੀ ਦੁਸ਼ਮਨੀ ਹੋਗੀ, ਪਾਓ ਸ਼ਬਨਮ ਪੇ ਵੀ ਰੱਖੇਗਾ ਤੋ ਜਲ ਜਾਏਗੇ। ਹੁਣ ਬੋਲਿਓ ਨਾ, ਹੁਣ ਬੋਲਿਓ ਨਾ, ਸੁਭਾਨ ਅੱਲਾ। ਹੱਦ ਹੋ ਗਈ ਜੀ, ਬਿਸਮਿਲ੍ਲਾ ਕਰਾਂ, ਇੱਕ ਲੈਕਚਰ ਚ ਦੇਵਾਂ ਤੇ ਮੈਂ ਕਸੀਦਾ ਪੜਾਂ। ਜਿਹੜਾ ਬੰਦਾ ਨਹੀਂ ਨਾ ਬੋਲਦਾ ਮਜਲਸ ਵਿੱਚ ਬੈਠੋ ਆ, ਨਾਲ ਵਾਲੇ ਬੋਲਣ ਵਾਲੇ ਬੰਦੇ ਦੀ ਭਲਾ ਨਕਲ ਕਰੇ। ਜ਼ਾਕਰ ਦੀ ਜ਼ਾਕਰ ਜ਼ਵਾਰ ਸਾਹਿਬ ਨਕਲ ਕਰਕੇ ਜ਼ਾਕਰ ਬਣ ਲੈਂਦੇ, ਤੇ ਚੁੱਪ ਕਰਨ ਵਾਲਾ ਬੰਦਾ ਭਲਾ ਬੋਲਦੇ ਬੰਦੇ ਦੀ ਨਕਲ ਕਰੇ ਤੇ ਅੱਲਾ ਕਰਨਾ ਹੈ ਤੇ ਕੰਮ ਹੋ ਵਜਣਾ ਹੈ। ਫਕੀਰ ਲੋਕ ਹੈ ਜ਼ਿਕਰੇ ਅਮੀਰ ਕਰਤੇ ਹੈ, ਫਕੀਰ ਲੋਕ ਹੈ ذکر امیر کرتے ہیں، علی ولی کا وظیفہ کثیر کرتے ہیں، علی بن نبوت بھی نامکمل ہے اسی لیے تو ہم ذکر غدیر کرتے ہیں۔ بھلا انہیں بسم اللہ کر، آؤ جی بسم اللہ۔ بانی مجلس میں میری اپنی مجلس سے کوئی ذاکر شاکر حامی کوئی نہ، اس حسین دی ذاکری میں کر بھی نہیں سکدا جیندا ذاکر پہلا اللہ ہوئے، ਜਹਿੰਦੀ ਦੂਜੀ ਜ਼ਾਕਰਾ ਹੁੰਦੀ ਬਹਿਣ ਜ਼ੈਨਬ ਹੋਵੇ। ਜਿਹੜੇ ਟੁੱਟੇ ਪੁੱਟੇ ਅਲਫਾਜ਼ ਇਨ ਤੁਹਾਡਾ ਜ਼ਿਹਨ ਦੇ ਦਰੀਚੇ ਖੋਲੋ ਤਾਂ ਮੈਂ ਕਸੀਦਾ ਸ਼ੁਰੂ ਕਰਾਂ ਜਨਾਬ। ਮੇਰੇ ਤੋਂ ਬਾਅਦ ਕਿਸੇ ਤਾਰਫ ਦੇ ਮੁਹਤਾਜ ਨਹੀਂ। ਮੁਲਕ ਪਾਕਿਸਤਾਨ ਦੀ ਨਾਮਵਰ ਸ਼ਖਸੀਅਤ ਸੈਕਟਰੀ ਸਾਹਿਬ ਹੁਣ ਬੋਲਣਾ ਨਹੀਂ, ਮਜਲਸ ਪੜ੍ਹਨ ਦੇਵਣੀ ਹੈ, ਬੋਲਣਾ ਨਹੀਂ। ਮੁਲਕ ਪਾਕਿਸਤਾਨ ਦੀ ਅਜ਼ੀਮ ਸ਼ਖਸੀਅਤ ਪੀਰ ਮੁਜ਼ੰਮਲ ਹੁਸੈਨ ਸ਼ਾਹ ਤਸ਼ਰੀਫ ਲੈ ਆਏ। ਮੇਰੇ ਪਿਓ ਦੀ ਜਾਇਨ ਤੇ ਪੁੱਤਰ ਚੰਗਾ ਉਹ ਹੁੰਦਾ ਹੈ ਜਿਹੜਾ ਪਿਓ ਨੂੰ ਇੰਤਜ਼ਾਰ ਨਾ ਕਰਾਵੇ। ਪੁੱਤਰ ਪਿਓ ਦੀ ਇੰਤਜ਼ਾਰ ਵਿੱਚ ਖੜੋ ਆ ਚੌਕ ਤੇ ਬਾਬਾ ਜੀ ਸੋਹਣਾ ਲੱਗਦਾ ਹੈ, ਤੇ ਪਿਓ ਪੁੱਤਰ ਦੀ ਇੰਤਜ਼ਾਰ ਵਿੱਚ ਖੜੋ ਆ ਪੁੱਤਰ ਜਿਹੜਾ ਹੈ ਉਹ ਚੰਗਾ ਨਹੀਂ ਹੁੰਦਾ। ਤੇ ਮੇਰਾ ਜ਼ਿਹਨ ਹੈ ਜੋ ਮੈਂ ਨਾ ਥੋੜੇ ਜਿਹੇ ਲੰਮੇ ਢੇਰ ਸਾਰਾ ਪੜ ਜਾਵਾਂ ਜੀ। ਹੋ ਸ਼ਬੀਰ ਕਿਬਰੀਆ ਕੀ ਸਨਾ ਕੇ ਕਿਤਾਬ ਹੈ, ਸਨਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ ਕੇ 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 ਸਨਾ ਕੇ ਕਿਤਾਬ ਹੈ। ਮਛਲੀਆਂ ਦਰਿਆ ਵਿੱਚ, ਪਰਿੰਦੇ ਹਵਾ ਵਿੱਚ, ਅੱਲਾ ਅਰਸ਼ੇ ਉਲਾ ਵਿੱਚ, ਰਸੂਲ ਗਦੀਰ ਦੇ ਸਹਰਾ ਵਿੱਚ, ਮੁਜ਼ੰਮਲ ਸ਼ਾਹ ਆਪਣੀ ਦੁਆ ਵਿੱਚ, ਗੁਲਸ਼ਨ ਸ਼ਦਾਦ ਬੁਖਾਰੀ ਰਾਹ ਬਾਗ ਦੇ ਬਾਰਗਾਹ ਪਿਆ ਦੇ ਸ਼ਬੀਰ ਕਿਬਰੀਆ। ਕੋਈ ਪਬਲਿਕ ਦੀ ਭੁੱਖ ਹੈ ਜੀ?
ਇਹੋ ਲੱਖਾਂ ਦੀ ਪਬਲਿਕ ਹੈ ਜੀ, ਮੈਂ ਬਿਸਮਿਲ੍ਲਾ ਕਰਾਂ। ਸ਼ਬੀਰ ਕਿਬਰੀਆ ਕੇ ਸਲਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ ਕੇ ਸਲਾ ਕੇ ਕਿਤਾਬ ਹੈ। 72 ਸ਼ੌਦਾ ਦੀ ਕਸਮ ਹੈ, 12 ਇਮਾਮਾਂ ਦੀ ਕਸਮ ਹੈ, 14 ਮਾਸੂਮਾਂ ਦੀ ਕਸਮ ਹੈ, ਇਹ ਜ਼ਿਕਰ ਦੀ ਕਸਮ ਹੈ। ਉਹ ਨਾ ਬੋਲਣ ਵਾਲਿਆ ਸ਼ਬੀਰ ਕਿਬਰੀਆ ਬਲਾ ਉਹਨੇ ਬਿਸਮਿਲ੍ਲਾ ਕਰਾਂ। ਮਾਂ ਹੁਸੈਨ ਦੀ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ। ਵੀਡੀਓ ਵਾਲਿਆ ਭਾਈ, ਥੋੜ੍ਹੀ ਜਿਹੀ ਤਕਲੀਫ ਮੇਰੇ ਨਾਲ ਤੂੰ ਵੀ ਕਰੀ। ਅਗਲੀਆਂ ਸਤਰਾਂ 'ਤੇ ਨਾ ਥੋੜ੍ਹਾ ਜਿਹਾ ਪਿਛਲੇ ਬੰਦੇ ਮੈਂ ਕੈਚ ਕਰ ਦੇਵੀਂ, ਜੋ ਮੈਂ ਵੇਖਣਾ ਹੈ ਬਲੱਡ ਕਹਿੰਦਾ ਕਹਿੰਦਾ ਲੋ ਹੋਏ ਮੇਰੀ ਨਜ਼ਰ 'ਚ ਨਹੀਂ ਪਿਆ ਆਂਦੇ। ਥਰਮਾਮੀਟਰ ਤਾਪ ਚੈੱਕ ਕਰ ਲੈਂਦੇ, ਅਲੀ ਦਾ ਨਾਮ ਬਾਪ ਚੈੱਕ ਕਰ ਲੈਂਦੇ। ਸ਼ਬੀਰ ਦੇ ਮਿੰਬਰ 'ਤੇ ਖੜ ਕੇ ਐਲਾਨ ਕਰਕੇ ਮੈਂ ਪਿਆਦਾਂ, ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ ਕੇ ਸਨਾ ਕੇ। ਕਲਬ ਸ਼ਾਹ ਜੀ, ਦੁਆ ਦੀ ਲਿਸਟ 'ਚ ਨਾ ਹੋਵੇ ਤੇ ਦੁਆ ਜ਼ਰੂਰ ਦੇਣੀ ਹੈ। ਸ਼ਿਮਰ ਦੇ ਵਾਂਗੂ ਬੇਦੀਦ ਬਣਵਾ ਅਲੀ ਦਾ ਦੁਸ਼ਮਣ ਮਜ਼ੀਦ ਬਣਵਾ, ਸਾਡਾ ਕੁਝ ਨਹੀਂ ਵਿਗੜਦਾ ਮੁੱਲਾ ਪਿਓ ਦਾ ਏ ਤੇ ਯਜ਼ੀਦ ਬਣਵਾ। ਸ਼ਬੀਰ ਕਿਬਰੀਆ ਕਮਾਲ ਹੋ ਗਈ, ਕਮਾਲ ਹੋ ਗਈ ਜੀ। ਮੈਂ ਬਿਸਮਿਲ੍ਲਾ ਕਰਾਂ, ਅੱਲਾ ਵਸਦਾ ਰੱਖੇ ਬਾਬਾ ਜੀ, ਮੈਂ ਬਿਸਮਿਲ੍ਲਾ ਕਰਾਂ। ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ, ਖੁਦਾ ਦੀ ਵਾਂਡੇ ਉਸ ਪੀਰ ਬਖਸ਼ਾ ਹੁਸੈਨ ਮੈਕੂ, ਯਜ਼ੀਦ ਤੈਕੂ ਮੈਕੂ, ਇਬਨੇ ਅਲੀ ਏ ਬਖਸ਼ਾ, ਰਸ਼ੀਦ ਇਬਨੇ ਰਸ਼ੀਦ ਤੈਕੂ ਬੇਮਿਸਲ ਨੇ ਅਤਾ ਚੱਕੀ ਤੇ, ਪਾਕ ਮੈਕੂ ਪਲੀਤ ਤੈਕੂ, ਦੋਵੇਂ ਰਲ ਮਿਲ ਨਖੇੜਾ ਕਰਦੇ ਆਏ। ਕੌਣ ਲੱਸੀ ਤੇ ਕੌਣ ਘਿਓ ਏ, ਮੈਂ ਆਦਾ ਪਿਆ ਮੇਰਾ ਹੁਸੈਨ ਅੱਬੇ, ਤੂੰ ਵੀ ਆਖ ਮੇਰਾ ਯਜ਼ੀਦ ਪਿਓ ਏ। ਸ਼ਬੀਰ ਕਿਬਰੀਆ ਕਮਾਲ ਹੋ ਗਈ ਜੀ, ਅੱਲਾ ਵਸਦਾ ਰੱਖੇ। ਸ਼ਾਲਾ ਹੱਥ ਹੱਥ ਉੱਚੇ, ਇਹ ਹੱਥ ਕਿਸੇ ਕਮੀਨੇ ਦੇ ਮੁਹਤਾਜ ਨਾ ਹੋਵੇਣ, ਜਿਹੜੇ ਜ਼ਿਕਰੇ ਹੁਸੈਨ ਚ ਬੁਲੰਦ ਹੁੰਦੇ ਨਾ। ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ। ਬਾਲਾ ਜ਼ਿੱਦ ਨਾ ਕਰੀ, ਸਰਗੋ ਦੇ ਮੇਰੇ ਨਾਲ ਭੇਡਾਂ ਬੋਲ ਪਾਉਂਦੀਆਂ, ਤੂੰ ਤਾਂ ਸਾਹ ਲੈਂਦਾ ਪਿਆ। ਅੱਜ ਇਲਮੀ ਦੌਰੇ ਦੁਨੀਆ ਤੇ ਤੈਕ ਵਕਤ ਬਾਤਲ ਨਹੀਂ ਲੱਭਦਾ, ਇਨਸਾਫ ਫਦਲ ਦੀ ਕੁਰਸੀ ਤੇ ਤੈ ਕੋਈ ਉਹ ਜਿਹਾ ਆਬਦ ਨਹੀਂ ਲੱਭਦਾ, ਰੋਜ਼ ਫਤਵੇ ਲੈਣਾ ਸ਼ੀਆਂ ਤੇ ਤੈਨੂੰ ਉਹ ਜਿਹਾ ਆਦਲ ਨਹੀਂ ਲੱਭਦਾ, ਅੱਜ ਕੁੱਤੇ ਚੋਰ ਨੂੰ ਲੱਭ ਲੈਂਦੇ ਨੇ, ਤੈਨੂੰ ਮਾਂ ਦਾ ਕਾਤਲ ਨਹੀਂ ਲੱਭਦਾ। ਸ਼ਬੀਰ ਕਿਬਰੀਆ ਹੁਣ ਬੋਲਿਓ ਨਾ, ਹੁਣ ਬੋਲਿਓ ਜੀ, ਮੈਂ ਬਿਸਮਿਲ੍ਲਾ ਕਰਾਂ। ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ, ਸ਼ਬੀਰ ਕਿਬਰੀਆ ਕੇ ਸਨਾ ਕੇ ਕਿਤਾਬ ਹੈ। ਤਤਈਰ ਜਿਸ ਕੀ ਮਾਇਕ ਹੈ ਯੇ ਵੋ ਗੁਲਾਬ ਹੈ। ਮੈਂ ਬਿਸਮਿਲ੍ਲਾ ਕਰਾਂ ਜੀ, ਬਿਸਮਿਲ੍ਲਾ ਕਰਾਂ। ਤਤਹੀਰ ਜਿਸ ਕੀ ਮਾਇਕ ਹੈ ਯੇ ਵੋ ਗੁਲਾਬ ਹੈ, ਸ਼ਬੀਰ ਕਿਬਰੀਆ ਕੀ ਸਨਾ ਕੀ ਕਿਤਾਬ ਹੈ। ਤਤਹੀਰ ਜਿਸ ਕੀ ਮਾਇਕ ਹੈ ਯੇ ਵੋ ਗੁਲਾਬ ਹੈ। ਕਲਬ ਸ਼ਾਹ ਜੀ ਪੂਰੀ ਤਵੱਜੋ, ਕੱਲ ਤਾਈ ਰਾਓ ਬਾਗ ਬੁਲੇਂਦਾ ਰਵੇ, ਮੇਰੀਆਂ ਸਤਰਾਂ ਦਾ ਹੱਕ ਅਦਾ ਨਹੀਂ ਹੁੰਦਾ, ਕੌਣ ਹੁਸੈਨ ਤੇ ਮੈਂ ਪਿਆਦਾ ਹੂੰ। ਨਾ ਨਾ ਵੋ ਹੈ ਕਿ ਜਿਸ ਪੇ ਨਬੂਵਤ ਕੀ ਹਿਜਾਬ ਹੈ। ਸ਼ਾਬਾਸ਼ ਸ਼ਾਬਾਸ਼, ਬਿਸਮਿਲ੍ਲਾ ਕਰ ਜੀ 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 ਜੀ, ਮੈਂ ਤੇਰੀਆਂ ਨਸਲਾਂ ਦਾ ਨੌਕਰ ਹਾਂ। ਅੱਛਾ ਲਾਈਨ ਅਗਲੀ ਸੁਣਨੀ ਹੈ, ਮਾਦਰ ਕੀ ਜੋ ਰਿਦਾ ਹੈ, ਖੁਦਾ ਕਾ ਹਿਜਾਬ ਹੈ,
शिया रसूल से मदद मांगते नहीं है, अली से मांगते हैं, हुसैन से मांगते हैं, साहबों के मुनकर हैं। तेरा प्यो मंद है, आ मैं तेनू दसा, तू ता दे अली तो हुसैन तू मदद मंग दे। तू 45-50 किलोमीटर पिछे दियां गल्लां करे ने। गुलशन शहजाद बुखारी शाम दे वेले राव बाग दे मिंबर ते खड़ के अपना कीदा प्या दसेंदा है, ते मैं प्या दाऊं चेहरा अली कतकना इबादत रसूल के। हद नहीं हो गई, कमाल हो गई जी। बिस्मिल्लाह करा, अल्लाह वस्त रखे बाबा जिंदगी हो वे। ये जन्नत दा टिकट है, ये पाक दारा दे चैन खले आए, बेहके शाय मशरे कैन खले आए, इनान दे आता बहाना बने आया सले च मौला हुसैन खले आए। चेहरा अली कतकना इबादत रसूल की, चेहरा अली कतकना इबादत रसूल की। शाबीर मुनफरद है कसम है बतूल की, इस घर के मुर्तजिज को भी झुकना सवाब है। कमाल हो गई, कमाल हो गई जी। नौकर बाबा जी ही हो मैं आदा। बिस्मिल्लाह कर जी, मैं नौकर हाँ। हाय दरी अपना की दसा जी। बिस्मिल्लाह करा जी, मैं तुहाडियां नस्लां दा नौकर आ। तुसा हक अदा कर दिता है, मौलवी दी आग के चाक पा के ऐलान करके मैं प्यादा हूं। चेहरा अली कतकना इबादत रसूल की, शाबीर मुनफरद है कसम है बतूल की, इस घर के मुर्तजिद को भी झुकना सवाब है। इको कसीदा ते मसैब मेरे हिस्से दा बावेरी पड़सन, ठीक है। राह जाने ते शाह जाने, अच्छा चलो ठीक है जी। चलो हुक्म होया जी कसीदे दो पढ़ो जी, मैं दो पढ़ देना। सलवात उच्ची आवाज नाल पढ़ो बादशाह। तब्दीली वाला पढ़ी हां जी, ठीक है बाप जी, ठीक है। चलो जी अप्लाइड फॉर कसीदा जी, 0 मीटर। चाचा कसीदे ने जे नंबर प्लेट लगी नहीं, नवा कसीदा जी। गदीरे खुम ए जेड़ा कल तुसा लगाया दिन, सरवरे कायनात मन कुन तो मौला दा ऐलान कीता, ते त्रै नू ऐलान चंगा ना लगा, उत्थे परां जा के ना अपनी मीटिंग करन लग पए। सलेमान फारसी कलब शाह जी कोलो लग्या, तुहानू की बन गए? उन्हें आख्या जेड़ा नाई होना हो गए। सलेमान आख्या की होया बाबा जी, तू ना जवाब दिते तो मैं कसीदा पढ़ूंगा जी। वेखो वीरू सर्वे अज बदवाई है, तब्दीली आई है, तब्दीली आई है। हाल नहीं हो गई जी, मैं बिस्मिल्लाह करा। जेड़ा बंदा हुण भी नहीं बोलिया, मैं किवें मन लवां बो निक्के बिरा नीद आले दे 100 रुपया देंदा है। ओ त्रै सलेमान नु पया दिल, ओ वेखो वीर नु सर्वे अज बदवाई है, तब्दीली आई है, तब्दीली आई है। ओ वेखो वीर नु सर्वे अज बदवाई है, तब्दीली आई है, तब्दीली आई है। ओ वेखो वीर नु सर्वे अज बदवाई है, तब्दीली आई है, तब्दीली आई है। इथो तो मेरे नाल रल दे रवो चा। मैं बिस्मिल्लाह करा, सर्वरे कायनात आजियां दी आग के चाक पा के मुस्करा मुस्करा क्या दे पैन मैं देख रहा। विच मज में दे मखलूक बड़ी हैरान, ऐलान मेरा है भुलना ने मेरे बाजो है सुल्तान। मैं देख रहा विच मज में दे मखलूक बड़ी हैरान, ऐलान मेरा है भुलना ने मेरे बाजो है सुल्तान। मैं कोल नहीं है आखदा, मैं कोल नहीं है आखदा, ए हुक्म आई है बल्लग मादी आयत जिब्रील सुनाई है, तब्दीली आई है। जियो पे बिस्मिल्लाह करा, जन्नत की बंदे नहीं जाना, मैं जान देन भी नहीं जान देना। इको कसीदा तो मिंबर बावेरां दे हवाले, तुहाडा ज़हन है जो मैं शाम वेले
ਦਰਸਾਂ 'ਚ ਆਪਾਂ ਜੰਨਤ ਕਹਿ ਨਹੀਂ ਵੰਜਣਾ। ਜੇ ਤੁਹਾਡਾ ਮਿਜ਼ਾਜ ਮੇਰੇ ਨਾਲ ਮਿਲਿਆ ਨਾ ਤਾਂ ਮਜਲਸ ਰਾਓ ਬਾਗ ਨਹੀਂ, ਮਜਲਸ ਲਖਨਊ ਆਉਂਦੀ ਪਈ ਹੈ। ਬੰਦੇ ਜੰਨਤ ਨਹੀਂ ਜਾਣਾ ਤੇ ਮੈਂ ਜਾਂਦੇ ਨਾ ਬਾਬਾ ਜੀ ਜਾਣ ਵੀ ਨਹੀਂ ਦੇਣਾ। ਹੋ ਸੁਣ ਲਓ ਉਸ ਜੰਨਤ ਨਹੀਂ ਵੰਜਣਾ, 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 ਸੁਣ ਲਓ ਉਸ ਜੰਨਤ ਨਹੀਂ ਵੰਜਣਾ। ਰਾਹ ਬਾਗ ਮਜਲਸ ਹੋਵੇ, ਕਲਬ ਸ਼ਾਹਬਾਨੀ ਹੋਵੇ, ਗੁਲਸ਼ਨ ਸ਼ਾਹ ਪੜਨ ਆਵੇ, ਦੁਆ ਮੁਜ਼ਮਲ ਸ਼ਾਹ ਕਰੇ, ਮੋਮਨ ਨਾਰੇ ਮਾਰੇ ਨਾ, ਮੋੜ ਜੜਾ ਇੰਜ ਕਰਕੇ ਬਵੇ, ਉਸ ਜੰਨਤ ਨਹੀਂ ਵੰਜਣਾ। ਸ਼ਾਬਾਸ਼ ਜੀ, ਉਹ ਭਾਏ ਭਲਾ ਹੋਵੇ ਜੀ। ਬਿਸਮਿਲਾ ਕਰਾ, ਉਸ ਜੰਨਤ ਨਹੀਂ ਵੰਜਣਾ, ਉਸ ਜੰਨਤ ਨਹੀਂ ਵੰਜਣਾ, ਉਸ ਜੰਨਤ ਨਹੀਂ ਵੰਜਣਾ। ਆਪਣੇ ਕੋਲੋਂ ਮੈਂ ਨਹੀਂ ਪਿਆਦਾ, ਉਹ ਲਾ ਪਿਆਦੇ ਕੋਈ ਮੇਰੇ ਰਾਹ ਵਿੱਚ ਪਹਾੜਾਂ ਜਿਤਨਾ ਸੋਨਾ ਦੇਵੇ, 70 ਹਜ ਪੈਦਲ ਕਰੇ, ਸਫਾ ਤੇ ਮਰਵਾ ਦੇ ਦਰਮਿਆਨ ਤਵਾਫ ਕਰੇ ਨਾ ਮਰ ਵਜੇ, ਮੁਹੱਬਤ ਅਲੀ ਦਾ ਕਾਇਲ ਨਹੀਂ, ਉਸ ਜੰਨਤ ਨਹੀਂ ਵੰਜਣਾ। ਹੁਣ ਬੋਲੇ ਹੋ ਜੀ, ਉਹ ਪਾਏ ਵੀਰ ਜੀ ਜ਼ਿੰਦਗੀ ਹੋਵੇ। ਜੇ ਕਦੀ ਥੋੜਾ ਜਿਹਾ ਮੈਂ ਟਾਈਮ ਪਹਿਲੇ ਚੱਲੇ ਹੋ ਆਈ ਨਾ, ਅਰਮਾਨ ਇੱਕ ਹੈ। ਤ੍ਰੈ ਮੌਲਵੀ ਆਉਂਦੇ ਪਵਣ ਨੇ ਤਜਰਬਾ ਕਰਿਆ, ਤ੍ਰੈ ਮੌਲਵੀ ਪਿੱਛੇ ਛੋਟੇ ਛੋਟੇ ਬਾਬਾ ਜੀ ਬੱਚੇ, ਉਹਨਾਂ ਨੇ ਤਬਲੀਗ ਕਰੇ ਸੁਣ ਇਸ਼ਾ ਕੋ ਮਸਜਿਦ ਮੈਂ ਆਣਾ, ਜਿਹੜਾ ਹੁਣ ਵੀ ਨਹੀਂ ਬੋਲਿਆ ਉਹਦੇ ਲੋਕ ਮਸੀਹ ਤੀ ਕੋਈ ਨਹੀਂ। ਦੀਨ ਕੀ ਬਾਤ ਹੋਗੀ, ਕਲਮਾ ਮੁਹੰਮਦ ਆਪਕੋ ਬਤਾਏਂਗੇ। ਚਬਲ ਦਿਆ ਪੁੱਤਰਾ ਜੀ ਦੀ ਜੋੜੀ ਚੋਂ ਕਲਮਾ ਲੱਭੇ, ਯਾ ਪੁਨ ਮੰਦਾ ਨੇ ਆਏ ਹਾਏ ਫੇਟ ਫਾਟ ਲੱਗੇ ਆਉਂਦੇ ਉਸ ਸਣ। ਸ਼ਾਹ ਜੀ ਯਕਦਮ ਸ਼ੀਆਂ ਦੇ ਮਕਾਨ ਤੇ ਗਾਜ਼ੀ ਦਾ ਲੰਮ ਵੇਖ ਸਣ, ਜਿਵੇਂ ਆ ਨੰਗੀ ਤਾਰ ਤੇ ਹੱਥ ਲੱਗਦਾ ਹੈ। ਅੱਗੇ ਵਾਲਾ ਮੌਲਵੀ ਪਿਛਲੇ ਨਾਕਸੀ ਵਾਪਸ ਪਲਟਾਓ, ਸ਼ੀਓ ਕਾ ਘਰ ਹੈ, ਸ਼ੀਆਂ ਤੇਰਾ ਬੰਦਾ ਮਾਰੇ ਹੋਏ, ਨਿਸ਼ਾਨੀ ਗਾਦੀ ਦਾ ਲਮੇ, ਉਹ ਪਿਓ ਦੇ ਬਛੜੇ ਮਰਨੀ ਆ, ਆ ਜਲਮ ਚੰਗਾ ਨਹੀਂ ਲੱਗਦਾ, ਜੰਨਤ ਦੇ ਦਰਵਾਜ਼ੇ ਤੇ ਗਾਦੀ ਦਾ ਲਮੇ, ਮੈਨੂੰ ਪੱਕ ਹੋ ਗਿਆ ਤੂੰ ਜੰਨਤ ਨਹੀਂ ਵੰਜਣਾ। ਹੁਣ ਜਿਹੜਾ ਜ਼ਿੱਦ ਕਰਕੇ ਬੈਠਾ ਹੈ ਉਹਦਾ ਇਲਾਜ ਮੇਰੇ ਕੋਲ ਕੋਈ ਨਹੀਂ। ਜੀ ਉਹ ਪਏ ਮੈਂ ਦੱਸਾਂ, ਮੈਂ ਕਾਇ ਦੱਸਿਆ ਬੋਸ ਜੰਨਤ ਨਹੀਂ ਵੰਜਣਾ, ਸ਼ਬੀਰ ਦੇ ਮਿੰਬਰ ਤੇ ਖੜ ਕੇ ਐਲਾਨ ਕਰਕੇ ਆਦਾ ਮਕਸਦ ਜ਼ਿੰਦਗੀ ਦਾ, ਬਾਬਾ ਜੀ ਨੌਕਰ ਆ ਮੈਂ ਤੁਹਾਡਾ ਜੀ। ਉਹ ਪਾਏ ਅਗਲੀ ਲੈਣ ਜੀ, ਸ਼ੀਆ ਰਸੂਲ ਕੋ ਨਹੀਂ ਮੰਨਤੇ, ਜਿਹੜੇ ਰਸੂਲ ਦਾ ਨੌਕਰ ਲਈਏ ਮੇਰੀ ਕੀ ਬਸਾਤ, ਮੈਂ ਉਸ ਰਸੂਲ ਦਾ ਮੁਨਕਰ ਹੋਵਾਂ। ਸ਼ਬੀਰ ਦੇ ਮਿੰਬਰ ਤੇ ਖੜ ਕੇ ਐਲਾਨ ਕਰ ਗਿਆ ਤਾਂ ਜਿਹੜਾ ਜਿਹੜਾ ਦਾਵੇਦਾਰ ਮੇਰਾ ਨਾਲ ਨਬੀ ਦੇ ਪਿਆਰੇ, ਸਰਕਾਰ ਤੂੰ ਜਾਂਦੇ ਨਿਸਾਰੇ, ਪਰ ਹੈਦਰ ਤੂੰ ਇਨਕਾਰ, ਭਵਜੇ ਡਾ ਭਵਜੇ ਡਾ ਭਵਜੇ ਡਾ ਭਵਜੇ ਡਾ ਆ ਭਵਜੇ ਡਾ।
صاحب کمال ہے ان دی بخشش بالکل محال ہے بھن جیڑا صاحب کمال ہے ان دی بخشش بالکل محال ہے بھن سلطان نبی دے نال اس جنت نہیں وجڑا جی ہو جی اللہ بس بس جی اچھا جی اچھا جی جی آپ آئے حکم ہو گیا باویرا دا اگلی لائن ہی میں پڑھدا جی اچھا جی جی آپ آئے علی کے باپ نے کلمہ نہیں پڑھا تھا تیرے ڈیڈی پڑھے تین پتہ ہی نہیں دین دی بنیاد دا نام عمران ہے او کمپیوٹر دور دا بغیرت ملوانا راو باغ دا منبر تے کھڑ کے میں تینو عمران دا تعارف کراوا عمران کون ہے اسے پال دو قرآن اک نبی دا سلطان دوجا کل دا کل ایمان تشریف رکھو حرف آخر پہ سید الزاکرین فخر سادات خزینۃ القصید قاری القصید بہر المسائب پیر سید مظفر نہیں ٹائم کوئی نہیں جی وہ نہیں بادشاہ نے کولنا نہیں سید الزاکرین جناب پیر سید مظفر حسین شاہ نقوی آفقتوال پاک مجھے